ਤੇ ਉਹੀ ਗੋਲੀਆਂ ਤਾਂ ਡੇਢ ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ, ਡੇਢ ਸਾਲ ਉਦੋਂ ਵੀ ਚੱਲੀਆਂ ਸੀ, ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ ਤੜਕਾ ਲਾਉਂਦੇ ਸੀ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਤੜਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ, ਕਦੇ ਉਦੋਂ ਡੇਢ ਸਾਲ 726 ਮਰਵਾ ਤੇ ਕਦੇ ਸ਼ਰਧਾਂਜਲੀ ਦਵਾਈ, ਕਦੇ ਸ਼ਰਧਾਂਜਲੀ ਦਵਾਈ 726 ਨੂੰ। ਹੁਣ ਇਹਨਾਂ ਨੂੰ ਪਿਆਰ ਆ ਗਿਆ, ਹੁਣ ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰਨਗੇ। ਚੇਅਰ ਨੂੰ ਬੈਠੋ ਜੀ, ਬਾਜਵਾ ਸਾਹਿਬ ਬੈਠੋ, ਬੈਠੋ, ਚਲੋ ਚਲੋ, ਜਿੰਦਾ ਰਹੋ ਸਰ। ਮਾਰਸ਼ਲ ਇਹ ਭੱਜਣਗੇ, ਇਹ ਭੱਜਣਗੇ, ਹੁਣ ਭੱਜਣਗੇ, ਇਹ ਭੱਜਣਗੇ ਹੁਣ। ਤੁਸੀਂ ਭੱਜੋ, ਬੈਠੋ ਬੈਠੋ ਬੈਠੋ, ਬੈਠਾ ਜੀ ਬੈਠੋ ਬੈਠੋ ਬੈਠ ਜੀ। ਸੀਐਮ ਸਾਹਿਬ ਕੰਟੀਨਿਊ ਕਰੋ ਜੀ। ਉਹ ਪਤਾ ਲੱਗ ਜੂਗਾ, ਪਤਾ ਲੱਗ ਜੂ। ਉਹ ਸੋਨੇ ਦੇ ਬਿਸਕਟਾਂ ਲਿਓ, ਸੋਨੇ ਦੇ ਬਿਸਕਟਾਂ ਲਿਓ। ਚਲੋ ਗੱਲ ਕਰਦੇ ਆ, ਬੈਠੋ। ਹਾਂਜੀ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਆਪ ਬੋਲ ਕੇ ਭੱਜ ਜਾਂਦੇ ਹੋ। ਚਲੋ ਇੱਧਰ ਵੀ ਲਓ, ਇੱਧਰ ਵੀ ਲਓ। ਹਾਂਜੀ ਸਪੀਕਰ ਸਾਹਿਬ, ਇੱਧਰ ਵੀ ਲਓ, ਇੱਧਰ ਵੀ ਲਓ। ਮੈਂ ਕਹਿੰਦਾ ਇੱਧਰ ਵੀ ਲਓ, ਸਾਡਾ ਵੀ ਨਹੀਂ ਕੋਈ ਜਾਂਦਾ। ਬਹਿ ਕੇ ਸੁਣੋ, ਬਹਿ ਕੇ ਸੁਣੋ, ਬੈਠੋ ਬੈਠੋ। ਸਪੀਕਰ ਸਾਹਿਬ, ਸਪੀਕਰ ਸਾਹਿਬ ਬੋਲਣ ਬੋਲਣ। ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ। ਤੁਹਾਡੀ ਵਾਰੀ ਆਈ, ਤੁਸੀਂ ਬੋਲਿਓ। ਬੋਲਣ ਕਿਉਂ ਨਹੀਂ ਦਿੰਦੇ? ਕਿਉਂਕਿ ਤੁਸੀਂ ਭੱਜਦੇ ਹੋ, ਕਿਉਂਕਿ ਤੁਸੀਂ ਭੱਜਦੇ ਹੋ। ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ, ਇੱਥੇ ਬੈਠਣ ਵਾਸਤੇ ਭੇਜਿਆ। ਲੋਕਤੰਤਰ ਚ ਵਿਪਕਸ਼ ਹੋਵੇ ਤਾਂ ਲੋਕਤੰਤਰ ਹੈ। ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ। ਹਾਂਜੀ ਬੈਠੋ, ਫਿਰ ਬੈਠੋ 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 ਬੈਠੋ। ਤੇ ਉਹੀ ਗੋਲੀਆਂ ਤਾਂ ਡੇਢ ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ, ਡੇਢ ਸਾਲ ਉਦੋਂ ਵੀ ਚੱਲੀਆਂ ਸੀ, ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ ਲਾਉਂਦੇ ਸੀ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਤੜਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ, ਕਦੇ ਉਦੋਂ ਡੇਢ ਸਾਲ 726 ਮਰਵਾ ਤੇ ਕਦੇ ਸ਼ਰਧਾਂਜਲੀ ਦਵਾਈ, ਕਦੇ ਸ਼ਰਧਾਂਜਲੀ ਦਵਾਈ 726 ਨੂੰ। ਹੁਣ ਇਹਨਾਂ ਨੂੰ ਪਿਆਰ ਆ ਗਿਆ, ਹੁਣ ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰਨਗੇ। ਚੇਅਰ ਨੂੰ ਬੈਠੋ ਜੀ, ਬਾਜਵਾ ਸਾਹਿਬ ਬੈਠੋ, ਬੈਠੋ, ਚਲੋ ਚਲੋ, ਜਿੰਦਾ ਰਹੋ ਸਰ। ਮਾਰਸ਼ਲ ਇਹ ਭੱਜਣਗੇ, ਇਹ ਭੱਜਣਗੇ, ਹੁਣ ਭੱਜਣਗੇ, ਇਹ ਭੱਜਣਗੇ ਹੁਣ। ਤੁਸੀਂ ਭੱਜੋ, ਬੈਠੋ ਬੈਠੋ ਬੈਠੋ, ਬੈਠਾ ਜੀ ਬੈਠੋ ਬੈਠੋ ਬੈਠ ਜੀ। ਸੀਐਮ ਸਾਹਿਬ ਕੰਟੀਨਿਊ ਕਰੋ ਜੀ। ਉਹ ਪਤਾ ਲੱਗ ਜੂਗਾ, ਪਤਾ ਲੱਗ ਜੂ। ਉਹ ਸੋਨੇ ਦੇ ਬਿਸਕਟਾਂ ਲਿਓ, ਸੋਨੇ ਦੇ ਬਿਸਕਟਾਂ ਲਿਓ। ਚਲੋ ਗੱਲ ਕਰਦੇ ਆ, ਬੈਠੋ। ਹਾਂਜੀ ਤੁਸੀਂ ਭੱਜ ਜਾਂਦੇ ਹੋ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਆਪ ਬੋਲ ਕੇ ਭੱਜ ਜਾਂਦੇ ਹੋ। ਚਲੋ ਇੱਧਰ ਵੀ ਲਓ, ਇੱਧਰ ਵੀ ਲਓ। ਹਾਂਜੀ ਸਪੀਕਰ ਸਾਹਿਬ, ਇੱਧਰ ਵੀ ਲਓ, ਇੱਧਰ ਵੀ ਲਓ। ਮੈਂ ਕਹਿੰਦਾ ਇੱਧਰ ਵੀ ਲਓ, ਸਾਡਾ ਵੀ ਨਹੀਂ ਕੋਈ ਜਾਂਦਾ। ਬਹਿ ਕੇ ਸੁਣੋ, ਬਹਿ ਕੇ ਸੁਣੋ।
ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ। ਤੁਹਾਡੀ ਵਾਰੀ ਆਈ, ਤੁਸੀਂ ਬੋਲਿਓ। ਬੋਲਣ ਕਿਉਂ ਨਹੀਂ ਦਿੰਦੇ? ਕਿਉਂਕਿ ਤੁਸੀਂ ਬਚਦੇ ਹੋ, ਕਿਉਂਕਿ ਤੁਸੀਂ ਬਚਦੇ ਹੋ। ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ, ਇੱਥੇ ਬੈਠਣ ਵਾਸਤੇ ਭੇਜਿਆ। ਲੋਕਤੰਤਰ ਚ ਵਿਪਕਸ਼ ਹੋਵੇ ਤਾਂ ਲੋਕਤੰਤਰ ਹੈ। ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ। ਹਾਂਜੀ ਬੈਠੋ।